ਐਫਐਮ 95 ਪੰਜਾਬ ਰੰਗ ਦੇ ਸਭ ਸੁਣਨ ਵਾਲੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਦਾ ਔਰ ਦੇਖਣ ਵਾਲੇ ਦਰਸ਼ਕ ਨੇ ਜਿਹੜੇ ਯਾਨੀ ਸਾਡੇ ਨਾਜ਼ਰੀਨ ਨੇ ਜਿਹੜੇ ਜਿਹੜੇ ਸੋਸ਼ਲ ਮੀਡੀਆ ਪੇਜ ਰਾਹੀਂ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਇੱਕ ਵਾਰ ਫੇਰ ਗੁਰਦੁਆਰਾ ਤੰਬੂ ਸਾਹਿਬ ਨਨਕਾਣਾ ਸਾਹਿਬ ਦੇ ਵਿੱਚ ਮਸੂਦ ਮੱਲੀ ਜੀ ਆਇਆਂ ਨੂੰ ਕਹਿੰਦਾ ਆ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੀਆਂ ਇਹਨਾਂ ਰੌਣਕਾਂ ਦੇ ਵਿੱਚ ਜਿੱਥੋਂ ਪੂਰੀ ਦੁਨੀਆ ਤੋਂ ਸਿੱਖ ਯਾਤਰੀ ਨੇ ਜਿਹੜੇ ਉਹ ਹੁੱਬਾਂ ਮਾਰ ਮਾਰ ਕੇ ਆਏ ਨੇ ਔਰ ਇੱਥੇ ਬਾਬਾ ਜੀ ਦੇ ਇਸ ਜਨਮ ਦਿਨ ਦੀਆਂ ਰੌਣਕਾਂ ਨੇ ਜਿਹੜੀਆਂ ਉਹਨਾਂ ਦਾ ਨਿੱਘ ਪਿਆਰ ਹੈ ਜਿਹੜਾ ਉਹ ਸਮੇਟ ਰਹੇ ਨੇ ਇਸ ਵੇਲੇ ਇੱਕ ਯਾਤਰੀ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਹਾਂਜੀ ਨਾਂ ਦੱਸਣਾ ਨਾਂ ਨਿਸ਼ਾਨ ਸਿੰਘ ਜੀ ਜੀ ਨਿਸ਼ਾਨ ਸਿੰਘ ਤੇ ਕਿੱਥੋਂ ਆਉਣਾ ਹੋਇਆ ਸਾਡਾ ਜੀ ਜ਼ਿਲ੍ਹਾ ਤਰਨਤਾਰਨ ਹੈ ਚੜ੍ਹਦੇ ਪਾਸੇ ਆਏ ਜੀ ਹਾਂਜੀ ਹਾਂਜੀ ਸਵਾਗਤ ਹੈ ਜਨਾਬ ਤੁਹਾਡਾ ਹਾਂਜੀ ਹਾਂਜੀ ਹੁਣ ਤਾਂ ਸਾਡੇ ਜਿਹੜੇ ਮੁੱਖ ਮੰਤਰੀ ਨੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਬਾਹਾਂ ਖੋਲੀਆਂ ਗਈਆਂ ਸਾਡੇ ਜਿਹੜੇ ਮੁੱਖ ਮੰਤਰੀ ਇਮਰਾਨ ਖਾਨ ਸਾਹਿਬ ਨੇ ਉਹਨਾਂ ਨੇ ਬਕਾਇਦਾ ਟਿਕਟ ਆ ਜਿਹੜੀ ਫੀਸ ਜਿਹੜੀ ਸੀਗੀ ਉਹ ਵੀ ਮਾਫ਼ ਕਰ ਦਿੱਤੀ ਪਾਸਪੋਰਟ ਵੀ ਛੱਡ ਦਿੱਤਾ ਉਹਨਾਂ ਨੇ ਆਖਿਆ ਆਉਣ ਵਾਲੀ ਗੱਲ ਕਰੋ ਐਡਾ ਖੁੱਲ੍ਹਾ ਸਵਾਗਤ ਜਿਹੜਾ ਮਿਲ ਰਿਹਾ ਹੈ ਜੀ ਆਇਆਂ ਨੂੰ ਆਖਿਆ ਜਾ ਰਿਹਾ ਐਡੀ ਡੁੱਲ ਕੇ ਮੁਹੱਬਤ ਜਿਹੜੀ ਲੱਭ ਰਹੀ ਹੈ ਅੰਦਰ ਦੇ ਕੀ ਜਜ਼ਬਾਤ ਨੇ ਅੰਦਰ ਕੀ ਅਹਿਸਾਸ ਨੇ ਕਿ ਬਾਬੇ ਨਾਨਕ ਨੇ ਐਡੇ ਉਚੇਰੇ ਪਰੋਣੇ ਬਣਾਤਾ ਤੁਹਾਨੂੰ ਕੀ ਮਹਿਸੂਸ ਕਰਦੇ ਜੇ ਅੰਦਰ ਇੱਦਾਂ ਜੀ ਜਿਹੜਾ ਕਰਤਾਰਪੁਰ ਹੈ ਨਾ ਇਹਦੇ ਅਸੀਂ ਪਰੋਂ ਬਾਰਡਰ ਤੋਂ ਦੂਰਬੀਨ ਦੇ ਰਾਹੀਂ ਦੇਖਦੇ ਹਾਂ ਅਤੇ ਮਨ ਇੰਨਾ ਪ੍ਰਭਾਵਿਤ ਹੁੰਦਾ ਸੀ ਕਿ ਮਹਾਰਾਜ ਕਿਤੇ ਇਹੋ ਜਿਹਾ ਪ੍ਰੋਗਰਾਮ ਬਣੇ ਤੁਹਾਡੇ ਖੁੱਲ੍ਹੇ ਦਰਸ਼ਨ ਅਸੀਂ ਕਿਤੇ ਪਾਸਪੋਰਟ ਸਾਨੂੰ ਵੀਜ਼ਾ ਮਿਲੇ ਅਤੇ ਅਸੀਂ ਦਰਸ਼ਨ ਕਰੀਏ ਅਤੇ ਇਹ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਬਹੁਤ ਸਾਡੇ ਸਿੱਖਾਂ ਵਾਸਤੇ ਇੱਕ ਬਹੁਤ ਵੱਡਾ ਤੋਹਫ਼ਾ ਦਿੱਤਾ ਸਾਨੂੰ ਜੋ ਸਾਨੂੰ ਕਦੀ ਵੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਭੁੱਲ ਨਹੀਂ ਸਕਦਾ ਕਿਉਂ ਸਾਡੇ ਜਿਹੜੇ ਬਾਲ ਬੱਚੇ ਆ ਉਹ ਇਤਿਹਾਸਕ ਬਣ ਕੇ ਰਹਿ ਗਿਆ ਜਾਣੀ ਕਿ ਉਹ ਯਾਦ ਕਰਨਗੇ ਇਮਰਾਨ ਖਾਨ ਜੀ ਨੂੰ ਅਤੇ ਨਵਜੋਤ ਸਿੰਘ ਸਿੱਧੂ ਜੀ ਨੂੰ ਜਿਨ੍ਹਾਂ ਨੇ ਇਹ ਸਾਨੂੰ ਇੱਕ ਬਹੁਤ ਵੱਡੀ ਇੱਕ ਦਾਤ ਬਖਸ਼ਿਸ਼ ਕੀਤੀ ਹੈ ਕਿ ਜਿਹੜੀਆਂ ਸਾਡੀਆਂ ਖੁਆਇਸ਼ਾਂ ਨਾਲ ਪੂਰੀਆਂ ਕੀਤੀ ਹੈ ਅਤੇ ਜਦੋਂ ਅਸੀਂ ਵੀਜ਼ਾ ਮਿਲਿਆ ਅਤੇ ਵਾਹਗੇ ਬਾਰਡਰ ਤੋਂ ਇੱਧਰ ਉਤਰੇ ਤਾਂ ਸਾਨੂੰ ਇੰਝ ਲੱਗਿਆ ਕਿ ਅਸੀਂ ਆਪਣੇ ਘਰ ਹੀ ਵਾਪਸ ਆਏ ਹਾਂ ਅਤੇ ਸਾਡਾ ਕਿਉਂਕਿ ਸਾਡਾ ਪਿਛੋਕੜ ਜਿਹੜਾ ਪਿੰਡ ਰਾੜਾ ਹੈ ਲਹਿੰਦੇ ਪਾਸਿਓਂ ਗਏ ਜੀ ਹਾਂਜੀ ਇੱਥੋਂ ਉੱਠ ਕੇ ਅਸੀਂ ਸਾਡੇ ਜਿਹੜੇ ਪਿਓ ਦਾਦਾ ਗਏ ਨੇ ਅਤੇ ਸਾਡੇ ਜਿਹੜੇ ਪਿਓ ਦਾਦਾ ਸਾਡੇ ਨਾਲ ਗੱਲਾਂ ਕਰਦੇ ਹੁੰਦੇ ਸੀ ਕਿ ਸਾਡਾ ਬੜਾ ਪਿਆਰ ਹੈ ਜੀ ਕਿ ਸਾਡੇ ਨਾਲ ਆਂਢੀ ਗੁਆਂਢੀ ਜਿਹੜੇ ਮੁਸਲਮਾਨ ਭਾਈਚਾਰਾ ਸਾਡੇ ਬੜੇ ਸਕੇ ਭਰਾਵਾਂ ਨੂੰ ਵੱਧ ਸਾਡਾ ਪਿਆਰ ਹੁੰਦਾ ਸੀ ਇਕੱਠੇ ਮਿਲ ਬੈਠ ਕੇ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਇਕੱਠੇ ਖੇਡਦੇ ਹੁੰਦੇ ਹਾਂ ਇਕੱਠੇ ਅਸੀਂ ਇੱਕ ਦੂਜੇ ਨਾਲ ਕਾਰੋਬਾਰੀ ਹੱਥ ਵਟਾਉਂਦੇ ਹੁੰਦੇ ਹਾਂ ਉਹਨਾਂ ਨੂੰ ਯਾਦ ਕਰ ਕਰਕੇ ਸਾਡੇ ਵੱਡੇ ਜਿਹੜੇ ਸੀ ਉਹ ਰੋਂਦੇ ਰਹੇ ਅਤੇ ਉਹਨਾਂ ਦਾ ਕੋਈ ਇੱਥੋਂ ਤੱਕ ਆਉਣਾ ਨਹੀਂ ਹੋਇਆ ਕੋਈ ਸੰਬੰਧ ਨਹੀਂ ਬਣਿਆ ਆਉਣ ਦਾ ਕੋਈ ਵੀਜ਼ਾ ਨਹੀਂ ਉਹਨਾਂ ਨੂੰ ਮਿਲਿਆ ਪਰ ਸਾਡੇ ਪਿਓ ਵੀ ਸਾਡੇ ਦਾਦਾ ਵੀ ਸਾਰੇ ਖਤਮ ਹੋ ਗਏ ਮੁੱਕ ਗਏ ਪਰ ਸਾਨੂੰ ਇੰਝ ਲੱਗਦਾ ਵੀ ਸਾਨੂੰ ਇਹ ਵੀਜ਼ਾ ਮਿਲਿਆ ਹੈ ਉਹਨਾਂ ਦੀ ਖਵਾਹਿਸ਼ ਜਿਹੜੀ ਹੈ ਸਾਡੇ ਪਿਓ ਦਾਦੇ ਦੀ ਇਹ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਨੇ ਪੂਰੀ ਕੀਤੀ ਹੈ ਅਤੇ ਸਾਡੀ ਇੱਕ ਹੋਰ ਖਵਾਹਿਸ਼ ਸੀ ਜੇ ਕਿਤੇ ਸਾਨੂੰ ਕੋਈ ਸਰਕਾਰ ਸਮਾਂ ਦੇਵੇ ਜਾਣ ਦਾ ਅਸੀਂ ਆਪਣੇ ਪਿਓ ਦਾਦੇ ਦਾ ਪਿੰਡ ਅਤੇ ਘਰ ਆਪਣੀ ਜਿੱਥੇ ਪਹਿਲੀ ਹੁੰਦੀ ਸੀ ਉਹ ਵੇਖ ਸਕੀਏ ਪਰ ਅਸੀਂ ਜਾ ਨਹੀਂ ਸਕਦੇ ਕਿਉਂਕਿ ਕੁਛ ਮਜਬੂਰੀਆਂ ਨੇ ਸਰਕਾਰ ਨੇ ਜਿਹੜੀਆਂ ਉਹ ਵੀ ਜ਼ਿੰਮੇਵਾਰੀਆਂ ਨੇ ਉਹਨਾਂ ਦੀਆਂ ਸਾਨੂੰ ਬਾਹਰ ਜਿਹੜਾ ਇੱਧਰ ਉੱਧਰ ਨਹੀਂ ਜਾਣ ਦਿੰਦੇ ਕਿਉਂਕਿ ਸੁਰੱਖਿਆ ਦੇ ਪ੍ਰਬੰਧ ਸਾਡੇ ਲਈ ਬਹੁਤ ਵਧੀਆ ਕੀਤੇ ਨੇ ਲੰਗਰ ਦੇ ਪ੍ਰਬੰਧ ਬਹੁਤ ਵਧੀਆ ਕੀਤੇ ਨੇ ਅਤੇ ਸਾਡਾ ਬਹੁਤ ਮਾਣ ਅਤੇ ਸਤਿਕਾਰ ਉਹਨਾਂ ਕੀਤਾ ਹੈ ਅੱਛਾ ਸਰਦਾਰ ਜੀ ਇਹ ਦੱਸੋ ਕਿ ਚੜ੍ਹਦੇ ਪਾਸੇ ਇਸ ਅਲਾਂਘੇ ਦੇ ਖੁੱਲ੍ਹਣ ਵੱਲੋਂ ਹਰ ਵਾਰ ਕੋਈ ਨਾ ਕੋਈ ਅੜੀ ਪੈਂਦੀ ਰਹੀ ਮੈਂ ਬੜੀ ਮਾਫ਼ੀ ਚਾਹਾਂਗਾ ਗੱਲ ਹੱਕੀ ਹੈ ਵੇਖੋ ਅਸੀਂ ਤਾਂ ਬਾਹਾਂ ਖੋਲ੍ਹ ਕੇ ਐਂ ਜਿਹਨੂੰ ਕਹਿੰਦੇ ਨੇ ਨਾ ਕਿ ਜਫਾ ਪਾ ਕੇ ਮਿਲੇ ਹਾਂ ਪਰ ਉਸ ਪਾਸਿਓਂ ਉਹ ਨਿੱਘ ਪਿਆਰ ਉਹ ਚਰਚਾ ਨਹੀਂ ਗਿਆ ਹੈ ਕਦੀ ਇਹ ਆਖਿਆ ਕਿ ਇਸ ਅਲਾਂਘੇ ਥਾਣੀ ਭਾਰਤ ਮੁਖਾਲਫ ਤਾਕਤਾਂ ਆ ਜਾਣਗੀਆਂ ਉਹ ਬਈ ਉੱਧਰੋਂ ਸਿਰਫ ਆਉਣਾ ਹੈ ਇੱਧਰੋਂ ਤਾਂ ਕਿਸੇ ਨੇ ਜਾਣਾ ਹੀ ਨਹੀਂ ਗਾ ਇਹ ਜਿਹੜੀ ਇੱਕ ਇਸ ਕੰਮ ਦੇ ਖਿਲਾਫ ਉੱਥੇ ਸਾਜ਼ਿਸ਼ ਜਾਂ ਇਹੋ ਜਿਹੀ ਬਿਆਨਬਾਜ਼ੀ ਹੁੰਦੀ ਰਹੀ ਤੁਹਾਡੇ ਵਾਲੇ ਪਾਸੇ ਤੁਸੀਂ ਉੱਥੇ ਦੀ ਸਿੱਖ ਕਮਿਊਨਿਟੀ ਬਾਬੇ ਨਾਨਕ ਦੇ ਨਾਮ ਲੇਵਾ ਇਹਨੂੰ ਕਿੱਦਾਂ ਵੇਖਦੇ ਨੇ ਸਾਹੀ ਜੀ ਇਹ ਜੋ ਪਹਿਲਾਂ ਮੀਡੀਆ 'ਤੇ ਵੇਖਦੇ ਹਾਂ ਜੋ ਸਿਆਸੀ ਲੀਡਰ ਸਾਨੂੰ ਉੱਧਰ ਗੱਲਾਂ ਬਾਤਾਂ ਕਰਕੇ ਸੁਣਾਉਂਦੇ ਸਨ ਕਿ ਉੱਥੇ ਐਂ ਹੋ ਜਾਣਾ ਜੀ ਉੱਥੇ ਐਂ ਹੋ ਜਾਣਾ ਜੀ ਉੱਥੇ ਮਾਹੌਲ ਬਹੁਤ ਖਰਾਬ ਹੈ ਉੱਥੇ ਕੋਈ ਮਤਲਬ ਇਹ ਜਿਹੜੀਆਂ ਗੱਲਾਂ ਜਦੋਂ ਅਸੀਂ ਦੌਰਾਨ ਕੇ ਵੇਖੀਆਂ ਕੋਈ ਵੀ ਇਹੋ ਜਿਹੀ ਮਾਹੌਲ ਖਰਾਬ ਵਾਲੀ ਗੱਲ ਨਹੀਂ ਇੰਨਾ ਸਾਨੂੰ ਪਿਆਰ ਦਿੱਤਾ ਇੰਨਾ ਸਾਨੂੰ ਪਿਆਰ ਦਿੱਤਾ ਬਹੁਤ ਪ੍ਰਬੰਧ ਪਰ ਜਿਹੜੇ ਝੂਠਾ ਮੀਡੀਆ ਜਾਂ ਉੱਧਰ ਸਿਆਸੀ ਲੀਡਰ ਜਿਹੜੇ ਪ੍ਰਚਾਰ ਕਰਕੇ ਦੋਵਾਂ ਦੇਸ਼ਾਂ ਨੂੰ ਦੂਰ ਕਰਨਾ ਚਾਹੁੰਦੇ ਤੋੜਨਾ ਚਾਹੁੰਦੇ ਉਹ ਇਹੋ ਜਿਹੀਆਂ ਗੱਲਾਂ ਨਹੀਂ ਕੋਈ ਹੈਗੀਆਂ ਜਿੱਦਾਂ ਸਾਨੂੰ ਵੱਡਿਆਂ ਦੇ ਪਿਆਰ ਬਖਸ਼ਿਆ ਸੀ ਦੱਸਦੇ ਹੁੰਦੇ ਸੀ ਉੱਦਾਂ ਹੀ ਸਾਨੂੰ ਆਪਣਾ ਘਰ ਇਹ ਨਜ਼ਰ ਆਉਂਦਾ ਇੱਕ ਆਖਰੀ ਸਵਾਲ ਮੈਂ ਥੋੜ੍ਹਾ ਜਿਹਾ ਸਮਾਂ ਹੋਰ ਲਾਂਗਾ ਤੁਹਾਡਾ ਜਦੋਂ ਹੁਣ ਇੱਥੋਂ ਭਾਰਤ ਜਾਓਗੇ ਚੜ੍ਹਦੇ ਪੰਜਾਬ ਜਾਓਗੇ ਜਿਹੜੀਆਂ ਗੱਲਾਂ ਸੁਣ ਕੇ ਆਏ ਸੀਗੇ ਇੱਥੋਂ ਜੋ ਕੁਛ ਵੇਖ ਕੇ ਚੱਲੇ ਜੇ ਫਿਰ ਜਾ ਕੇ ਕੀ ਦੱਸੋਗੇ ਉਹਨਾਂ ਨੂੰ ਸਭ ਨੂੰ ਬੱਚੇ ਬੱਚੇ ਨੂੰ ਦੱਸਾਂਗੇ ਕਿ ਝੂਠ ਹੈ ਕਿ ਜਿਹੜਾ ਇਹ ਲੋਕ ਕਹਿੰਦੇ ਵੀ ਉੱਥੇ ਬਹੁਤ ਗੜਬੜੀ ਆ ਉੱਥੇ ਕੋਈ ਨੁਕਸਾਨ ਹੁੰਦਾ ਹੈ ਉੱਥੇ ਕੋਈ ਐਂ ਹੁੰਦਾ ਸਾਨੂੰ ਤਾਂ ਇੰਝ ਲੱਗਦਾ ਜਿਵੇਂ ਅਸੀਂ ਆਪਣੇ ਘਰੇ ਹੀ ਬੈਠੇ ਹਾਂ ਸਾਨੂੰ ਕਿਸੇ ਗੱਲ ਦਾ ਡਰ ਅਤੇ ਕਿਸੇ ਗੱਲ ਦਾ ਭੈ ਕੋਈ ਨਹੀਂ ਹੈਗਾ
ਜਿਸ ਤਰ੍ਹਾਂ ਅਸੀਂ ਆਪਣੇ ਘਰ ਆਪਣੇ ਇਲਾਕੇ 'ਚ ਤੁਰਦੇ ਫਿਰਦੇ ਉੱਦਾਂ ਹੀ ਤੁਰਦੇ ਫਿਰਦੇ ਹਾਂ। ਸਾਨੂੰ ਕੋਈ ਭੈ ਨਹੀਂ, ਸਾਨੂੰ ਕੋਈ ਡਰ ਨਹੀਂ, ਸਾਨੂੰ ਬਹੁਤ ਜ਼ਿਆਦਾ ਸਾਨੂੰ ਪਿਆਰ ਬਖਸ਼ਿਸ਼ ਕੀਤਾ ਹੈ ਸਾਰਿਆਂ ਨੇ, ਬੱਚੇ ਬੱਚੇ ਨਹੀਂ। ਕਿਉਂ ਇੱਦਾਂ ਦੇ ਕਿ ਸਾਡੇ ਕੋਈ ਇੱਧਰ ਦੇ ਬੱਚੇ ਜਿਹੜੇ ਨਾ ਉਹ ਅਸੀਂ ਸਾਨੂੰ ਜਦੋਂ ਮਿਲਦੇ ਆ ਤਾਂ ਸਾਨੂੰ ਜੱਫੀ ਪਾ ਕੇ ਮਿਲਦੇ ਆ, ਸਾਡੀ ਸਾਡੀ ਗੋਦੀ ਜਾਣ ਕੇ ਨਿੱਕੇ ਨਿੱਕੇ ਬੱਚੇ ਜਿਹੜੇ ਉਹ ਬੈਠ ਜਾਂਦੇ ਜਦੋਂ ਇੱਥੇ ਕਿਤੇ ਬੈਠੀਆਂ। ਪਿਆਰ ਇੰਨਾ ਬਖਸ਼ਿਸ਼ ਕੀਤਾ, ਸਾਡਾ ਤਾਂ ਰੋਣ ਨਿਕਲ ਆਇਆ ਜਦੋਂ ਬੱਚਿਆਂ ਨੇ ਆਣ ਕੇ ਸਾਨੂੰ ਜੱਫੀਆਂ ਪਈ। ਰੋਣ ਨਿਕਲ ਆਇਆ ਕਿ ਜਿਵੇਂ ਸਾਡੀ ਆਪਣੀ ਧੀ ਇੱਕ ਛੋਟੀ ਜਿਹੀ ਗੁੱਡੀ ਸੀ ਅਤੇ ਉਹ ਆਣ ਕੇ ਜੱਫੀ ਪਾ ਕੇ ਮਿਲੀ, ਅਤੇ ਜਦੋਂ ਮੈਨੂੰ ਚੁੱਕਿਆ ਤਾਂ ਮੈਨੂੰ ਇੰਝ ਲੱਗਾ ਕਿ ਮੇਰੀ ਆਪਣੀ ਜਿਹੜੀ ਬੱਚੀ ਹੈ ਇਹ ਮੇਰੇ ਗੱਲ ਲੱਗੀ ਹੈ। ਮੈਨੂੰ ਇੰਝ ਮਹਿਸੂਸ ਨਹੀਂ ਹੋਇਆ ਕਿ ਦੂਸਰੇ ਮੁਲਕ ਦੀ ਹੈ ਜਾਂ ਦੂਸਰੇ ਇਲਾਕੇ ਦੀ। ਮਾਨ ਸਰਦਾਰ ਜੀ, ਬੜੀ ਬੜੀ ਮਿਹਰਬਾਨੀ, ਤੁਸੀਂ ਪਾਕਿਸਤਾਨ ਦੀ ਮੁਹੱਬਤ ਨੂੰ, ਨਿੱਘ ਨੂੰ ਇੱਦਾਂ ਮਹਿਸੂਸ ਕੀਤਾ ਔਰ ਐਡੇ ਸੋਹਣੇ ਸ਼ਬਦਾਂ 'ਚ ਬਿਆਨ ਕੀਤਾ। ਸਾਡੇ ਦਿਲ ਸਾਡੇ ਹੁਣ ਪਾਕਿਸਤਾਨ ਦੇ ਬਾਬੇ ਨਾਨਕ ਦੀ ਇਸ ਧਰਤੀ ਦੇ ਨਾ ਸਿਰਫ ਬੂਹੇ ਖੁੱਲ੍ਹੇ ਨੇ ਬਲਕਿ ਸਾਡੀਆਂ ਬਾਹਾਂ ਪੂਰੀ ਕੌਮ ਦੀਆਂ ਇਸੇ ਤਰ੍ਹਾਂ ਖੁੱਲ੍ਹੀਆਂ ਮਿਲਣਗੀਆਂ ਜਿੱਦਾਂ ਸਾਡੀ ਸਰਕਾਰ ਨੇ ਬਾਹਾਂ ਖੋਲ੍ਹ ਕੇ ਤੁਹਾਡਾ ਸਵਾਗਤ ਕੀਤਾ। ਬੜੀ ਮਿਹਰਬਾਨੀ ਸਮਾਂ ਦਿੱਤਾ। ਅੱਛਾ ਜੀ, ਅੱਛਾ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਜੀ ਇਹ ਸਨ ਭਾਰਤ ਇੰਡੀਆ ਤੋਂ ਆਏ, ਚੜ੍ਹਦੇ ਪੰਜਾਬ ਤੋਂ ਆਏ ਇੱਕ ਸਿੱਖ ਯਾਤਰੀ। ਉੱਥੋਂ ਦਾ ਮੀਡੀਆ ਕੀ ਕਹਿ ਰਿਹਾ ਹੈ ਉਹ ਵੀ ਤੁਸੀਂ ਇਹਨਾਂ ਦੀ ਜ਼ਬਾਨੀ ਸੁਣ ਲਿਆ, ਔਰ ਪਾਕਿਸਤਾਨ ਦੇ ਵਿੱਚ ਹਾਲਾਤ ਕੀ ਨੇ ਇਹ ਮੈਂ ਨਹੀਂ, ਇਹਨਾਂ ਨੇ ਦੱਸੇ। ਐਫਐਮ 95 ਪੰਜਾਬ ਰੰਗ ਲਈ ਮੈਂ ਸਾਂ ਨਨਕਾਣਾ ਸਾਹਿਬ ਤੋਂ ਪ੍ਰੋਡਿਊਸਰ ਔਰ ਤੁਹਾਡਾ ਮੇਜ਼ਬਾਨ ਮਸੂਦ ਮੱਲੀ, ਇਹੋ ਜਿਹੀ ਕਿਸੇ ਅਗਲੀ ਕਵਰੇਜ ਦੇ ਨਾਲ ਕੁਛ ਲੰਮੇ ਬਾਅਦ, ਕੁਛ ਪਲ ਬਾਅਦ, ਕੁਛ ਦੇਰ ਬਾਅਦ ਦੁਬਾਰਾ ਹਾਜ਼ਰ ਹੋਣਾ ਆ। ਟਿਊਨ ਰੱਖਿਆ ਜੇ ਐਫਐਮ 95 ਪੰਜਾਬ ਰੰਗ, ਰੰਗ ਜ਼ਿੰਦਗੀ ਦੇ।